ਮੈਨੂੰ ਨਹੀਂ ਪਤਾ ਕਿ ਵਲੋਗ ਕਿੱਦਾਂ ਬਣਦੇ ਕਿੱਦਾਂ ਨਹੀਂ, ਪਰ ਮੈਂ ਫਿਰ ਵੀ ਕੋਸ਼ਿਸ਼ ਕਰਨ ਲੱਗੀ। ਮੈਂ ਸੁਣਿਆ ਵਾਂ ਕਿ ਬਹੁਤ ਮਾੜੇ ਦਿਨਾਂ ਤੋਂ ਬਾਅਦ ਇੱਕ ਚੰਗਾ ਦਿਨ ਵੀ ਆਉਂਦਾ। ਫਸਟ ਮੇਰੀ ਇਹੀ ਉਮੀਦ ਵਾ ਕਿ ਮੈਂ ਇਹ ਚੰਗਾ ਦਿਨ ਜਲਦੀ ਲੈ ਕੇ ਆਵਾਂ ਇਹਨਾਂ ਵਲੋਗਾਂ ਰਾਹੀਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ। ਮੇਰਾ ਨਾਮ ਮਨੂ ਮਾਹੀ ਰੱਤੂ ਚੈਨਲ ਹੈ, ਜੋ ਕਿ ਤੁਹਾਨੂੰ ਇਹ ਵਲੋਗ ਅੱਜ ਪਹਿਲਾ ਦਿਨ ਦਾ ਪਹਿਲਾ ਵਲੋਗ ਅੱਜ ਤੁਹਾਨੂੰ ਦਿਖੇਗਾ। ਅਤੇ ਮੈਂ ਪਹਿਲੇ ਵਲੋਗ ਦੀ ਸਟਾਰਟਿੰਗ ਕੀਤੀ ਹੈ ਅਨੰਦਪੁਰ ਸਾਹਿਬ ਤੋਂ ਆ ਕੇ, ਕਿ ਮੈਂ ਰੱਬ ਦੀ ਜਗ੍ਹਾ 'ਤੇ ਆ ਕੇ ਪਹਿਲੇ ਵਲੋਗ ਦੀ ਸ਼ੁਰੂਆਤ ਕਰਾਂ। ਸੋ ਮੇਰੇ ਵਲੋਗ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਬਹੁਤ ਲੋਕ ਜਾ ਰਹੇ ਸੀ ਗੁਰਦੁਆਰਾ ਅਨੰਦਪੁਰ ਸਾਹਿਬ ਜੀ ਨੂੰ। ਬੱਸ ਵਾਲਾ ਭਾਈ ਬੱਸ ਬਹੁਤ ਤੇਜ਼ ਚਲਾਉਂਦਾ, ਪਹਿਲਾ ਰੋਡ ਟੁੱਟਿਆ ਹੁੰਦਾ ਸੀ। ਪੁੱਜ ਗਏ, ਬਸ ਥੋੜ੍ਹਾ ਟਾਈਮ ਹੋਰ ਫਿਰ ਮੱਥਾ ਟੇਕਣ ਜਾਣਾ ਵਾ। ਇੱਥੇ ਪੁੱਜ ਗਏ ਇੱਕ ਘੰਟੇ ਵਿੱਚ ਹੀ, ਸਾਡੇ ਸ਼ਹਿਰ ਤੋਂ ਇੱਥੋਂ ਆਉਂਦੇ ਹਨ। ਸਾਨੂੰ ਘੰਟਾ ਲੱਗਾ ਮੱਥਾ ਇਸ਼ਨਾਨ ਕਰਨ ਲਈ ਗੁਰਦੁਆਰਾ ਸਾਹਿਬ। ਮੱਥਾ ਟੇਕਣ ਤੋਂ ਪਹਿਲਾਂ ਇਸ਼ਨਾਨ ਕੀਤਾ ਜਾਵੇ। ਲੈਟਸ ਗੋ। ਇਸ਼ਨਾਨ ਕਰ, ਹੁਣ ਸਿੱਧੇ ਜਾਵਾਂਗੇ ਮੱਥਾ ਟੇਕਣ ਗੁਰਦੁਆਰੇ। ਬਹੁਤ ਉੱਚਾ ਆ ਬਣਿਆ, ਸੰਗਤ ਜਾ ਰਹੀ। ਦਾਰ ਰਾਜ ਤੇਰਾ ਕਰੇ ਕਬੂਲ ਬੇਨਤੀ ਕਦੇ ਮਾਰਨ। ਦੂਸਰੇ ਗੁਰਦੁਆਰੇ ਵੱਲ ਜਾ ਰਹੇ ਹਾਂ ਜਿੱਥੇ ਅਸੀਂ ਹੁਣ ਮੱਥਾ ਟੇਕਣਾ ਹੈ। ਦੂਸਰੇ ਗੁਰਦੁਆਰੇ ਪੁੱਜ ਗਏ। ਤੂੰ ਵੱਡਦਾ ਤਾ ਅੰਤਰ ਜਾਮੀ ਸਭ ਮਿਹਰ। ਇਹ ਆ ਅਜੂਬਾ, ਬਸ ਇਹਦੇ ਵੱਲ ਨੂੰ ਜਾਣਾ ਹੁਣ ਆਪਾਂ। ਕੈਮਰਾ ਕਲੀਅਰ ਨਹੀਂ ਆ ਪਰ ਫਿਰ ਵੀ ਠੀਕ ਆ। ਮੌਸਮ ਵੀ ਬਹੁਤ ਸੋਹਣਾ, ਅੱਜ ਤਾਂ ਹਵਾ ਹੀ ਬਹੁਤ ਸੋਹਣੀ ਚੱਲਦੀ ਪਈ ਆ। ਬਸ ਹੁਣ ਉੱਧਰ ਨੂੰ ਹੀ ਜਾ ਰਹੇ ਹਾਂ। ਬਸ ਦੋ ਵੀ ਪੰਜ ਮਿੰਟ ਦਾ ਰਸਤਾ ਹੋਣਾ ਹੈ ਇੱਥੋਂ ਵਿਰਾਸਤ ਏ ਖਾਲਸਾ ਅਜੂਬਾ ਇੱਥੇ ਦਾ ਅਨੰਦਪੁਰ ਸਾਹਿਬ। ਬਹੁਤ ਸੋਹਣੀ ਪਾਰਕ ਆ, ਸਾਨੂੰ ਵਿਰਾਸਤ ਏ ਖਾਲਸਾ 10 ਵਜੇ ਖੁੱਲ੍ਹਣਾ ਵਾ, ਇਸ ਲਈ ਉੱਥੋਂ ਮੁੜ ਕੇ ਆਉਣਾ ਪਿਆ। ਕਹਿੰਦੇ ਮੈਡਮ ਵੀ ਅੱਧੇ ਘੰਟੇ ਤੱਕ ਆਇਓ, ਸੋ ਹੁਣ ਇੱਥੇ ਬੈਠਾਂਗੇ ਅੱਧੇ ਘੰਟੇ ਲਈ, ਦੈਨ ਉੱਧਰ ਨੂੰ ਰਵਾਨਾ ਹੋਵਾਂਗੇ ਫਿਰ ਜਾਣ ਲਈ। ਸੋਰੀ ਫੋਰ ਦੈਟ। ਸਫਾਈ ਵਾਧੂ ਆ ਵਾਧੂ, ਵਾਓ, ਗ੍ਰੀਨਰੀ ਬਹੁਤ ਬੈਸਟ ਚੀਜ਼ ਆ। ਜੇ ਆਹ ਪਾਸ ਲਉਂਗੇ ਤਾਂ ਹੀ ਐਂਟਰੀ ਮਿਲਣੀ ਆ ਅੰਦਰ ਅਜੂਬਾ ਦੇਖਣ ਲਈ। ਓਕੇ, ਲੋਕੇਸ਼ਨ ਅਤੇ ਕੁਲੈਕਟ ਕਰੋ ਪਾਸ। ਸ਼ੁਰੂਆਤ ਗੁਰੂ ਘਰ ਨਾਲ ਕੀਤੀ ਆ, ਸੋ ਵੱਧ ਕੇ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਕਰਿਓ ਚੈਨਲ ਨੂੰ। ਕਿਆ ਕਹਾਂ ਹੁਣ ਮੈਂ, ਕਰ ਦੇਵਾਂਗੇ।